ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ। ਜਿਵੇਂ ਕਿ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਤੁਹਾਡੇ ਵੱਲੋਂ ਕੋਈ ਕਮੈਂਟ ਪ੍ਰਾਪਤ ਹੋਊਗਾ ਕਿਸੇ ਵੀ ਟੌਪਿਕ ਦੇ ਸੰਬੰਧੀ, ਤਾਂ ਅਸੀਂ ਤੁਰੰਤ ਉਹਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਇਸੇ ਤਰ੍ਹਾਂ ਹੀ ਜਿਹੜੇ ਸਾਨੂੰ ਦੋ ਕਮੈਂਟ ਅੱਜ ਪ੍ਰਾਪਤ ਹੋਏ ਆ, ਅਸੀਂ ਉਹਨਾਂ ਲਈ ਵੀਡੀਓ ਲੈ ਕੇ ਹਾਜ਼ਰ ਹਾਂ ਜੀ। ਪਹਿਲਾ ਜੋ ਕਮੈਂਟ ਸਾਨੂੰ ਪ੍ਰਾਪਤ ਹੋਇਆ ਉਹ ਮੋਨਾ ਰੇ ਜੀ ਵੱਲੋਂ ਪ੍ਰਾਪਤ ਹੋਇਆ ਕਿ ਉਹਨਾਂ ਨੂੰ ਕਨਫਿਊਜ਼ਨ ਹੈ ਡਬਲ ਯੂਜ਼ ਆਫ ਵਰਡਸ ਦੇ ਵਿੱਚ, ਵੀ ਜਦੋਂ ਆਪਾਂ ਹੈਡ ਹੈਡ ਦੋ ਵਾਰ ਯੂਜ਼ ਕਰਦੇ ਹਾਂ ਵੀ ਕਿਹੜਾ ਇਹੋ ਜਿਹਾ ਸੈਂਟੈਂਸ ਆ ਜਿੱਥੇ ਸਾਨੂੰ ਹੈਡ ਹੈਡ ਦੁਬਾਰਾ ਯੂਜ਼ ਕਰਨਾ ਪੈ ਜਾਂਦਾ, ਕਿਉਂ ਯੂਜ਼ ਹੁੰਦਾ ਇਹ। ਬੜੇ ਆਸਾਨ ਤਰੀਕੇ ਦੇ ਨਾਲ ਤੁਹਾਨੂੰ ਦੱਸਦੇ ਹਾਂ, ਕੁਛ ਵੀ ਨਹੀਂ ਹੈ, ਬੜਾ ਸਿੰਪਲ ਹੈ। ਬਸ ਜਿੱਥੇ ਵੀ ਜਿਹੜਾ ਹੈਜ਼ ਹੈ ਉਹ ਵਰਬ ਦੀ ਫੋਰਮ ਦੇ ਵਿੱਚ ਆ ਜਾਏ, ਤੁਹਾਡੇ ਕੋਲ ਮੇਨ ਵਰਬ ਹੁੰਦਾ ਜਿਹੜਾ ਉਹਦੀ ਫੋਰਮ ਦੇ ਵਿੱਚ ਆ ਜਾਏ ਪ੍ਰੈਜੈਂਟ ਟੈਂਸ ਦੇ ਵਿੱਚ, ਪ੍ਰੈਜੈਂਟ ਪਰਫੈਕਟ 'ਚ, ਅਤੇ ਜਦੋਂ ਤੁਸੀਂ ਉਹਦਾ ਪਾਸਟ ਕਰਨਾ, ਉਹਨੂੰ ਪਾਸਟ ਦੇ ਵਿੱਚ ਕਨਵਰਟ ਕਰਨਾ ਜਾਂ ਉਹਨੂੰ ਬੋਲਣਾ ਹੀ ਪਾਸਟ 'ਚ ਆ, ਤਾਂ ਤੁਹਾਨੂੰ ਡਬਲ ਹੈਡ ਹੈਡ ਯੂਜ਼ ਕਰਨਾ ਪਊਗਾ। ਮੰਨ ਲਓ ਇੱਕ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, ਆਈ ਹੈਵ ਹੈਡ ਮਾਈ ਬ੍ਰੇਕਫਾਸਟ, ਅੱਗੇ ਕੁਛ ਵੀ ਕਹਿ ਲਓ, ਅਗਰ ਕਹਿਣਾ ਤਾਂ ਇਨ ਮੋਰਨਿੰਗ, ਕੁਛ ਵੀ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ। ਹੈਡ ਇੱਥੇ ਆ ਜੋ ਉਹ ਇੱਕ ਵਰਬ ਦਾ ਕਿਰਿਆ ਦਾ ਰੂਪ ਧਾਰਨ ਕਰਕੇ ਇਸ ਸੈਂਟੈਂਸ ਦੇ ਵਿੱਚ ਕੰਮ ਕਰ ਰਿਹਾ। ਮਨ ਉਹ ਕੀ ਕਹਿ ਰਿਹਾ, ਹੈਵ ਆ ਜੋ, ਇਹ ਸਾਰਾ ਪ੍ਰੈਜੈਂਟ ਪਰਫੈਕਟ ਟੈਂਸ ਹੈ, ਪ੍ਰੈਜੈਂਟ ਪਰਫੈਕਟ ਟੈਂਸ ਹੈਵ ਲੱਗਿਆ ਕਿਉਂਕਿ ਉਹ ਕਹਿੰਦਾ ਮੈਂ ਜਿਹੜਾ ਆਪਣੀ ਬ੍ਰੇਕਫਾਸਟ ਆ ਉਹ ਮੋਰਨਿੰਗ ਦੇ ਵਿੱਚ ਕਰ ਚੁੱਕਾ ਹਾਂ, ਮਤਲਬ ਪ੍ਰੈਜੈਂਟ ਆ, ਕਰ ਚੁੱਕਾ ਹਾਂ ਮੋਰਨਿੰਗ ਦੇ ਵਿੱਚ। ਹੈਡ ਦਾ ਮਤਲਬ ਵੀ ਮੈਂ ਕਰ ਚੁੱਕਿਆ, ਇਹ ਇੱਕ ਕਿਰਿਆ ਵੀ ਮੈਂ ਆਪਦੀ ਬ੍ਰੇਕਫਾਸਟ ਕਰ ਚੁੱਕਿਆ, ਹੈਡ ਤਾਂ ਯੂਜ਼ ਕਰਿਆ ਆਪਾਂ, ਇਹਦੀ ਪਾਸਟ ਫੋਰਮ ਤਾਂ ਯੂਜ਼ ਕਰ ਲਈ ਆਪਾਂ ਕਿਉਂਕਿ ਇਹ ਸਵੇਰੇ ਉਹਨੇ ਕਰੀ ਸੀ ਮੋਰਨਿੰਗ ਦੇ ਵਿੱਚ ਬ੍ਰੇਕਫਾਸਟ। ਹੁਣ ਮੰਨ ਲਓ ਇਹ ਪ੍ਰੈਜੈਂਟ ਪਰਫੈਕਟ ਸੀ, ਜੇ ਤੁਸੀਂ ਇਹਦਾ ਪਾਸਟ ਪਰਫੈਕਟ ਬਣਾਉਣਾ ਚਾਹੁੰਦੇ ਹੋ, ਪਾਸਟ ਪਰਫੈਕਟ ਇਹਦਾ ਤੁਸੀਂ ਪਾਸਟ ਬਣਾਉਣਾ, ਆਪਣੇ ਆਪ ਹੀ ਜਿਵੇਂ ਤੁਹਾਨੂੰ ਕਹਿ ਦਾਂ ਵੀ ਇਹ ਪ੍ਰੈਜੈਂਟ ਪਰਫੈਕਟ ਟੈਂਸ ਇਹਦਾ ਪਾਸਟ ਬਣਾਓ, ਤੁਸੀਂ ਕੀ ਬਣਾਓਗੇ ਆਪਣੇ ਆਪ ਹੀ ਆਟੋਮੈਟਿਕਲੀ ਤੁਹਾਡੇ ਦਿਮਾਗ ਦੇ ਵਿੱਚ ਆ ਜਾਊਗਾ, ਆਈ ਹੈਡ ਹੈਡ ਮਾਈ ਬ੍ਰੇਕਫਾਸਟ, ਵੀ ਮੈਂ ਜਿਹੜੀ ਆਪਣੀ ਬ੍ਰੇਕਫਾਸਟ ਆ ਉਹ ਕਰ ਚੁੱਕਿਆ ਸੀ। ਇੱਕ ਗੱਲ ਦਾ ਧਿਆਨ ਦੇਣਾ ਇੱਥੇ, ਕਿਉਂਕਿ ਪ੍ਰੈਜੈਂਟ ਪਰਫੈਕਟ ਸੀ, ਇੱਥੇ ਸੀ ਕਰ ਚੁੱਕਿਆ ਹਾਂ, ਇੱਥੇ ਆਊਗਾ ਕਰ ਚੁੱਕਿਆ ਸੀ ਕਿਉਂਕਿ ਉਹ ਪੁਰਾਣਾ ਹੋ ਗਿਆ, ਕੱਲ੍ਹ ਹੋ ਗਿਆ, ਪਰਸੋਂ ਹੋ ਗਿਆ, ਕਦੋਂ ਵੀ ਹੋ ਗਿਆ, ਆਈ ਹੈਡ ਹੈਡ ਮਾਈ ਬ੍ਰੇਕਫਾਸਟ। ਇੱਕ ਹੋਰ ਉਦਾਹਰਣ ਲੈ ਲੈਂਦੇ, ਮੰਨ ਲਓ ਕਿਸੇ ਬੰਦੇ ਦੇ ਕੋਈ ਦੋ ਆਪਰੇਸ਼ਨ ਹੋਏ ਆ, ਉਹ ਦੱਸ ਰਿਹਾ ਹੈਗਾ ਆਈ ਹੈਡ ਹੈਡ ਟੂ ਸਰਜਰੀਜ਼ ਲਾਸਟ ਮੰਥ, ਉਹ ਕਹਿੰਦਾ ਪਿਛਲੇ ਮਹੀਨੇ ਮੇਰੀਆਂ ਦੋ ਸਰਜਰੀਆਂ ਹੋ ਚੁੱਕੀਆਂ ਸੀ, ਡਬਲ ਹੈਡ ਆ ਗਿਆ ਇੱਥੇ। ਇਹ ਜਿਹੜਾ ਹੈਡ ਹੈ ਤਾਂ ਪਾਸਟ ਪਰਫੈਕਟ ਵਾਲਾ ਆ ਗਿਆ, ਇਹ ਜਿਹੜਾ ਹੈਡ ਹੈ ਇੱਕ ਕਿਰਿਆ ਵੀ ਉਹਦੀ ਉਹਨੇ ਸਰਜਰੀ ਹੋ ਚੁੱਕੀ, ਵੀ ਉਹਦੀ ਸਰਜਰੀ ਹੋਈ ਸੀ, ਇਸ ਗੱਲ ਦਾ ਬਸ ਧਿਆਨ ਰੱਖਣਾ ਜਿੱਥੇ ਜਿਹੜਾ ਹੈਡ ਆ ਜਾਂ ਹੈਜ਼ ਆ ਉਹ ਇੱਕ ਵਰਬ ਦੀ ਰੂਪ ਦੇ ਵਿੱਚ ਆ ਜਾਏ ਕੋਈ ਕੰਮ ਕਰਨ ਦੇ ਦੱਸਣ ਦੇ ਵਿੱਚ, ਵੀ ਹਾਂ ਮੈਂ ਬ੍ਰੇਕਫਾਸਟ ਕਰੀ ਸੀ, ਕਰ ਚੁੱਕਿਆ ਸੀ, ਕੁਛ ਵੀ ਜਾਂ ਸਰਜਰੀਆਂ ਮੈਂ ਕਰਵਾਈਆਂ ਸੀ ਇਹੋ ਜਿਹਾ ਕੁਛ, ਜਦੋਂ ਵੀ ਆ ਜਾਏ ਇਹ ਵਰਬ ਦੇ ਰੂਪ ਦੇ ਵਿੱਚ, ਅਤੇ ਜਦੋਂ ਉਦੋਂ ਆਪਾਂ ਪਾਸਟ ਦੇ ਵਿੱਚ ਕਨਵਰਟ ਕਰਾਂਗੇ ਤਾਂ ਦੋ ਵਾਰ ਹੈਡ ਹੈਡ ਆ ਜੂਗਾ, ਡਬਲਿੰਗ ਹੋ ਜੂਗੀ। ਉਮੀਦ ਕਰਦਾ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ। ਹੁਣ ਅਸੀਂ ਅਗਲੇ ਕਮੈਂਟ 'ਤੇ, ਅਗਲਾ ਕਮੈਂਟ ਜੋ ਸਾਨੂੰ ਪ੍ਰਾਪਤ ਹੋਇਆ ਉਹ ਮਨਜਿੰਦਰ ਸੰਧੂ ਜੀ ਦਾ ਪ੍ਰਾਪਤ ਹੋਇਆ, ਉਹ ਕਹਿ ਰਹੇ ਨੇ ਕਿ ਪ੍ਰੈਜੈਂਟ ਪਰਫੈਕਟ ਟੈਂਸ ਸਮਝਾਓ, ਪ੍ਰੈਜੈਂਟ ਪਰਫੈਕਟ ਟੈਂਸ ਐਕਸਪਲੇਨ ਕਰਨਾ, ਪ੍ਰੈਜੈਂਟ ਪਰਫੈਕਟ ਜੋ ਵੀ ਪਰਫੈਕਟ ਟੈਂਸ ਹੁੰਦੇ ਨੇ, ਜਦੋਂ ਵੀ ਪੰਜਾਬੀ ਦੇ ਵਿੱਚ ਅਸੀਂ ਕੁਛ ਵੀ ਇਹੋ ਜਿਹਾ ਬੋਲਦੇ ਹਾਂ, ਮੈਂ ਕਰ ਚੁੱਕਿਆ ਹਾਂ, ਮੈਂ ਖਾ ਚੁੱਕਿਆ ਹਾਂ, ਜਾਂ ਮੈਂ ਇਹ ਕਰ ਲਿਆ ਹੈ, ਜਾਂ ਮੈਂ ਇਹ ਲੈ ਲਿਆ ਹੈ, ਜਾਂ ਮੈਂ ਇਹ ਪੜ੍ਹ ਲਿਆ ਹੈ, ਇਹੋ ਜਿਹਾ ਕੁਛ ਕੋਈ ਵੀ ਇਹੋ ਜਿਹਾ ਅਸੀਂ ਸੈਂਟੈਂਸ ਜਦੋਂ ਪੰਜਾਬੀ ਦੇ ਵਿੱਚ ਇਹੋ ਜਿਹਾ ਬੋਲਦੇ ਹਾਂ, ਤਾਂ ਜੇ ਅਸੀਂ ਉਹਨੂੰ ਇੰਗਲਿਸ਼ ਦੇ ਵਿੱਚ ਕਨਵਰਟ ਕਰਾਂਗੇ ਟੈਂਸ ਦੇ ਵਿੱਚ, ਉਹ
प्रेजेंट परफेक्ट टेंस होंदा। प्रेजेंट परफेक्ट टेंस दे विच की आउंदा, पहला आ जाता सबजैक्ट, उस तों बाद हैज़ हैव, उस तों बाद अगे आऊगी वर्ब की थर्ड फॉर्म, तो अगे आऊगी ऑब्जेक्ट। ये हमेशा याद रखना स्ट्रक्चर, सबजैक्ट आऊगा, हैज़ हैव आऊगा, फिर वर्ब की थर्ड फॉर्म आऊगी, फिर ऑब्जेक्ट आऊगा। मान लो तुसी कह लिया आई हैव ईटन माई ब्रेकफास्ट, सब्जेक्ट आ गया, हैज़ हैव आ गया। हुण इह याद रखना, इह भी आपां टॉपिक करिया होया, जिथे आई वी दे यू उन्हां नाल सारे नाल हैव लगूगा, तो हैज़ कित्थे लगूगा, हैज़ भी याद रखना, ही शी इट इन्हां नाल हैज़ लगूगा सब्जेक्ट जदों इह होण। हुण सब्जेक्ट दे विच इह आ गया, जां कोई भी सिंगुलर जदों सिंगुलर होंदा, ये आप सारा करया होया, इत्थे प्लूरल जो तो ज़्यादा होण, एक तो ज़्यादा प्लूरल नाल हैव लगता, सिंगुलर नाल हैज़ लगता। ये आ गया वर्ब की थर्ड फॉर्म। अगे ब्रेकफास्ट ऑब्जेक्ट आ गया, ये माई आप ला लिया भी मेरी सी, चलो हैल्पिंग नाल सेंटेंस पूरा कंप्लीट हो गया। ये है जी प्रेजेंट परफेक्ट टेंस। हैज़ भी ला सकते हैं, दसता कदों लाना, हैव दसता कदों लाना, वर्ब की थर्ड फॉर्म लानी है, तो प्रेजेंट परफेक्ट टेंस थोड़ा कंप्लीट भी जी किरिया ਉਹ ਹੋ ਚੁੱਕੀ ਹੈ। ਜਦੋਂ ਅਸੀਂ ਐਂ ਕਹਿੰਦਾ ਕੰਮ ਤਾਂ ਹੋ ਚੁੱਕਿਆ, ਪਰ ਜਦੋਂ ਅਸੀਂ ਸੈਂਟੈਂਸ ਕੋਈ ਬੋਲਦੇ ਹਾਂ ਉਹਨੂੰ ਹਾਂ 'ਚ ਕਹਿੰਦੇ ਹਾਂ ਪ੍ਰੈਜੈਂਟ 'ਚ, ਮੈਂ ਆਪਣਾ ਘਰ ਦਾ ਕੰਮ ਕਰ ਚੁੱਕਿਆ ਹਾਂ, ਉਹ ਬਣੂ ਪ੍ਰੈਜੈਂਟ ਪਰਫੈਕਟ। ਜੇ ਤੁਸੀਂ ਕਹਿ ਦਿਓਗੇ ਮੈਂ ਆਪਣਾ ਘਰ ਦਾ ਕੰਮ ਕਰ ਚੁੱਕਿਆ ਸੀ, ਤਾਂ ਉਹ ਪਾਸਟ ਪਰਫੈਕਟ ਬਣ ਜਾਂਦਾ। ਜੇ ਤੁਸੀਂ ਕਹਿ ਦਿਓਗੇ ਮੈਂ ਆਪਣਾ ਘਰ ਦਾ ਕੰਮ ਕਰ ਚੁੱਕਿਆ ਹੋਵਾਂਗਾ ਵੀ ਆਉਣ ਵਾਲੇ 2 ਘੰਟਿਆਂ ਨੂੰ, ਉਹ ਫਿਊਚਰ ਪਰਫੈਕਟ ਬਣ ਜਾਂਦਾ। ਇਹੀ ਸਾਰਾ ਪਰਫੈਕਟ ਟੈਂਸ ਆ। ਬਸ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਦੋਨੇ ਟੋਪਿਕ ਕਲੀਅਰ ਹੋ ਗਏ ਹੋਣਗੇ। ਹੋਰ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਟੋਪਿਕ ਦੀ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਅਸੀਂ ਜਲਦੀ ਤੋਂ ਜਲਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ, ਤਾਂ ਕਿ ਤੁਹਾਡੀ ਪ੍ਰੋਬਲਮ ਆ ਜਿਹੜੀ ਸੋਲਵ ਹੋ ਜੇ। ਧੰਨਵਾਦ ਜੀ। ਚੈਨਲ ਸਬਸਕ੍ਰਾਈਬ ਜ਼ਰੂਰ ਕਰੋ, ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਕਮੈਂਟ ਵੀ ਜ਼ਰੂਰ ਕਰਿਓ ਜੀ। ਥੈਂਕ ਯੂ।